ਹੀ ਗੁਲਦਸਤਾ।
ਸਾਹਿਬ ਸਦਰ ਵਾਲੀਏ ਦੋ ਜਹਾਂ ਬਖਸ਼ਾਂ ਦੇ ਭੰਡਾਰ ਸ਼੍ਰੀ ਗੁਰੂ ਮਹਾਰਾਜ ਦੇ ਦਰਬਾਰ ਦੀ ਹਾਜ਼ਰੀ ਭਰਨ ਵਾਲੀ ਸਰਬੱਤ ਸਾਧ ਸੰਗਤ, ਗੁਰੂ ਸ਼ਬਦ ਦੀ ਓਟ, ਗੁਰੂ ਸ਼ਬਦ ਦਾ ਆਸਰਾ, ਗੁਰੂ ਸ਼ਬਦ 'ਤੇ ਵਿਸ਼ਵਾਸ ਰੱਖ ਕੇ ਸਿੱਖ ਜਗਤ ਆਪਣੇ ਮਨ ਦੀਆਂ ਮੁਰਾਦਾਂ ਪੂਰੀਆਂ ਕਰ ਰਿਹਾ, ਯਾਨੀ ਕਿਰਪਾਲ ਸਿੰਘ ਜੀ ਹੋਰੀ ਬਹੁਤ ਸੁੰਦਰ ਹਰ ਰੋਜ਼ ਅਰਦਾਸ ਵਿੱਚ ਇਹ ਗੱਲ ਕਹਿੰਦੇ ਨੇ, ਸਾਕਸ਼ਾਤ ਸ਼ਬਦ ਗੁਰੂ ਦੇ ਰੂਪ ਵਿੱਚ ਪ੍ਰਕਾਸ਼ ਹੋ ਕੇ ਅੰਮ੍ਰਿਤ ਵੇਲੇ ਤੋਂ ਗੁਰੂ ਮਹਾਰਾਜ ਸਮੂਹ ਸਾਧ ਸੰਗਤ ਦੀਆਂ ਰੁਚੀਆਂ ਪੂਰੀਆਂ ਕਰਦੇ ਤੋਂ ਪ੍ਰਕਾਸ਼ ਹਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ। ਅਸੀਂ ਤੁਹਾਡੇ ਸਾਹਮਣੇ ਬਤੌਰੇ ਕੌਮ ਦੇ, ਬਤੌਰੇ ਗੁਰੂ ਮਹਾਰਾਜ ਦੇ, ਬਤੌਰੇ ਸਿੱਖ ਦਰਬਾਰ ਦੇ, ਸ਼ਹਿਨਸ਼ਾਹ ਦੇ ਦਰਬਾਰ ਦੇ ਢਾਡੀ ਦੇ ਹਾਜ਼ਰ ਹੋਏ ਹਾਂ। ਆਓ ਸਾਂਝ ਪਾਈਏ, ਗੱਜ ਵੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਸਾਧ ਸੰਗਤ, ਜਿਸ ਗੁਰੂ ਦੇ ਅਸੀਂ ਪੁਜਾਰੀ ਹਾਂ, ਜਿਸ ਗੁਰੂ ਨੇ ਸਾਨੂੰ ਸਿੱਖੀ ਬਖਸ਼ੀ ਹੈ, ਜਾਂ ਜਿਸ ਗੁਰੂ ਦੇ ਅਸੀਂ ਸਿੱਖ ਕਹਿਣ ਦੇ ਹਾਮੀ ਹਾਂ, ਉਸ ਗੁਰੂ ਮਹਾਰਾਜ ਦਾ ਉਪਦੇਸ਼ ਹੈ ਸਾਰਿਆਂ ਦਾ ਭਲਾ ਮੰਗਣਾ, ਸਭ ਦਾ ਹੀ। ਇਹ ਨਹੀਂ ਵੀ ਇਹ ਮੇਰਾ ਰਿਸ਼ਤੇਦਾਰ ਹੈ, ਇਹ ਮੇਰਾ ਸੰਬੰਧੀ ਹੈ, ਜਾਂ ਮੇਰਾ ਸੱਜਣ ਹੈ, ਇਹਦਾ ਹੀ ਭਲਾ ਹੋਵੇ। ਮਾਫ ਕਰਨਾ, ਇਹ ਮੇਰੀ ਆਪਣੀ ਜ਼ਾਤ ਦਾ, ਇਹ ਮੇਰੇ ਨਗਰ ਦਾ, ਇਹ ਮੇਰੀ ਤਹਿਸੀਲ ਦਾ, ਇਹ ਮੇਰੇ ਜ਼ਿਲ੍ਹੇ ਦਾ, ਇਸ ਤਰ੍ਹਾਂ ਸੁੱਖ ਮੰਗਣਾ, ਇਸ ਤਰ੍ਹਾਂ ਉਹਦੇ ਲਈ ਅਰਦਾਸ ਕਰਨੀ ਜਾਂ ਮੰਗ ਮੰਗਣੀ, ਗੱਲ ਸ਼ੋਭਦੀ ਨਹੀਂ। ਅਸੀਂ ਉਸ ਗੁਰੂ ਦੇ ਸਿੱਖ ਹੈ ਜਿਸ ਗੁਰੂ ਦਾ ਆਦੇਸ਼ ਹੈ, ਜਿਸ ਗੁਰੂ ਦਾ ਨਾਰਾ ਹੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਬੰਦ। ਸ਼੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦੀ ਦਸਵੀਂ ਜੋਤ, ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਸੰਬੰਧ ਵਿੱਚ ਦੋ ਤਿੰਨ ਦਿਨਾਂ ਤੋਂ ਲੜੀ ਸ਼ੁਰੂ ਹੈ। ਕੱਲ ਦੇ ਦੀਵਾਨ ਵਿੱਚ ਮਾਛੀਵਾੜੇ ਦੀ ਝਲਕੀ ਪੇਸ਼ ਕੀਤੀ ਗਈ ਸੀ। ਚਮਕੌਰ ਵਿੱਚ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸੰਗਤ ਸਿੰਘ ਜੀ ਦਾ ਕਲਗੀ ਬਖਸ਼ ਦਿੱਤੀ ਸੀ। ਬਾਕੀ ਚਮਕੌਰ ਦੀ ਕੜੀ ਦੇ ਸਿੰਘ ਸ਼ਹੀਦ ਹੋ ਗਏ ਨੇ। ਇਤਿਹਾਸ ਜ਼ਾਮਨ ਹੈ, ਸੰਗਤ ਸਿੰਘ ਜੀ ਦਾ ਸਰ ਕਲਮ ਕੀਤਾ ਗਿਆ, ਉਹਨਾਂ ਨੇ ਸ਼ਹਾਦਤ ਦੇ ਜਾਣ ਕੀਤੇ। ਉਹਨਾਂ ਦਾ ਸੀਸ ਇਹ ਸਮਝ ਕੇ, ਗੁਰੂ ਗੋਬਿੰਦ ਸਿੰਘ ਦਾ ਸੀਸ ਹੈ, ਇਹਨੂੰ ਸੰਭਾਲ ਕੇ ਵਕਤ ਦੀ ਹਕੂਮਤ ਦੇ ਸਾਹਮਣੇ ਰੱਖਣ ਲਈ ਮਨ ਵਿੱਚ ਧਾਰੀ ਗਈ। ਵਜੀਤਾ ਸਰਹੰਦ ਚਮਕੌਰ ਤੋਂ ਵਿਹਲਾ ਹੋ ਕੇ ਲੜਾਈ ਮੁੱਕ ਚੁੱਕੀ ਹੈ, ਸ਼੍ਰੀ ਗੁਰੂ ਗੋਬਿੰਦ ਸਿੰਘ ਮਾਛੀਵਾੜੇ ਤੋਂ ਤੁਰ ਗਏ ਨੇ। ਇੱਧਰ ਵਜੀਤੇ ਨੇ ਚਮਕੌਰ ਦੀ ਲੜਾਈ ਦੀ ਜਿੱਤ ਆਪਣੇ ਸਿਰ ਸਿਹਰਾ ਬੰਨ ਕੇ ਵੀ ਮੈਂ ਜਿੱਤੀ ਹੈ, ਇਹ ਵਾਜੇ ਗਾਜੇ ਵਜਾਉਂਦਾ ਸਰਹੰਦ ਪਹੁੰਚ ਗਿਆ।
ਸਰਹੰਦ ਅਕਬਰ ਬਾਦਸ਼ਾਹ ਤੋਂ ਆਬਾਦ ਹੋਣਾ ਸ਼ੁਰੂ ਹੋਇਆ। ਇਹ ਬਾਬਰ ਬਾਦਸ਼ਾਹ ਤੱਕ ਇਹਦੇ ਤੇ ਰੰਗ ਆਉਂਦਾ ਰਿਹਾ। ਕਿਉਂ ਆਉਂਦਾ ਰਿਹਾ? ਦਿੱਲੀ ਤੇ ਲਾਹੌਰ ਦਾ ਆਪਸ ਵਿੱਚ ਸੰਬੰਧ ਸੀ। ਜਦੋਂ ਵੀ ਰਾਜੇ, ਜਦੋਂ ਵੀ ਬਾਦਸ਼ਾਹ, ਜਦੋਂ ਵੀ ਅਫਸਰ, ਜਦੋਂ ਵੀ ਨਵਾਬ ਜਾਂਦੇ ਸਨ, ਸਰਹੰਦ ਸ਼ਹਿਰ ਇੱਕ ਪੜਾਅ ਸੀ। ਇਤਿਹਾਸ ਦੇ ਕੁਝ ਵਰਕੇ ਫਰੋਲਿਆਂ ਪਤਾ ਲੱਗੇਗਾ, ਇਹ ਸਰਹੰਦ ਸ਼ਹਿਰ ਹੈ ਜਿਸ ਦੇ 28 ਪਰਗਣੇ ਸਨ। ਇਸ ਸਰਹੰਦ ਸ਼ਹਿਰ ਵਿੱਚ ਬਹੁਤ ਸਾਰੇ ਮੁਨਾਰ, ਬਹੁਤ ਸਾਰੀਆਂ ਮਸਜਿਦਾਂ, ਬਹੁਤ ਸਾਰੇ ਮਹਿਲ ਉਸਰੇ ਹੋਏ ਸਨ। ਉਹਨਾਂ ਸਾਰਿਆਂ ਚੋਂ ਕੋਈ ਵਕਤ ਆਇਆ ਜਦੋਂ ਬਹਾਦਰ ਸ਼ਾਹ ਦੇ ਘਰ ਵਾਲੀ ਨੇ, ਬੇਗਮ ਨੇ ਉੱਥੇ ਇੱਕ ਮਕਬਰਾ ਬਣਵਾਇਆ। ਸ਼ੇਖ ਅਹਿਮਦ ਮੁਜਾਹਿਦ ਅਲਫਸਾਨੀ ਦਾ ਇਤਿਹਾਸ ਦੱਸਦਾ ਹੈ, ਲੱਖਾਂ ਰੁਪਇਆ ਉਸ ਵੇਲੇ ਲੱਗਿਆ ਉਸ ਉੱਤੇ, ਹੁਣ ਵੀ ਉੱਥੇ ਹੈ। ਜਦ ਵਜੀਦਾ ਪਹੁੰਚ ਗਿਆ ਨਾ, ਵਜੀਦੇ ਨੂੰ ਖੁਸ਼ੀ ਬੜੀ ਹੈ। ਵਜੀਦੇ ਨੇ ਜਾਮ ਪੀਣੇ ਸ਼ੁਰੂ ਕੀਤੇ, ਵਜੀਦੇ ਨੂੰ ਵਧਾਈਆਂ ਮਿਲ ਰਹੀਆਂ ਨੇ, ਸਾਰੇ ਸੱਜਣ ਮਿੱਤਰ ਵਜਾਈ ਵਧਾਈਆਂ ਦੇ ਰਹੇ ਨੇ। ਇਧਰ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਪਿੰਡ ਹੇਅਰ ਪਹੁੰਚੇ। ਗਲੀ ਖਾਨ ਨਵੀ ਖਾਨ ਨਾਲ ਹਨ। ਪਿੰਡ ਹੇਅਰ ਕਿਰਪਾਲ ਦਾਸ ਨੇ ਗੁਰੂ ਮਹਾਰਾਜ ਦੀ ਬੜੀ ਸੇਵਾ ਕੀਤੀ। ਕਹਿੰਦੇ ਨੇ ਚਰਨ ਧੋਣ ਲਈ, ਚਰਨ ਧੋਤੇ, ਸਿੱਖੀ ਗੁਲਦਸਤਾ ਇਹਨੂੰ ਨਿਹਾਲ ਕੀਤਾ। ਇੱਥੋਂ ਬਾਅਦ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਪੰਥ ਮੁਕਾਂਦੇ ਮੁਕਾਂਦੇ ਰਾਏਕੋਟ ਪਹੁੰਚੇ। ਰਾਏਕੋਟ ਗੁਰੂ ਮਹਾਰਾਜ ਰਾਏਕੋਟ ਪਹੁੰਚ ਗਏ ਨੇ ਤੇ ਇਹਦੇ ਨੇ ਸੂਬਾ ਸਰਹੰਦ ਦੇ ਸਾਹਮਣੇ ਰਾਤ ਨੂੰ ਖਬਰ ਪਹੁੰਚਾ ਦਿੱਤੀ ਗਈ, ਸੁਨੇਹਾ ਦੇ ਦਿੱਤਾ ਗਿਆ। ਕਹਿਣ ਲੱਗਾ ਜੀ, ਦੋ ਸਾਹਿਬਜ਼ਾਦੇ ਨਾਲ ਗੁਰੂ ਗੋਬਿੰਦ ਸਿੰਘ ਦੀ ਮਾਤਾ ਗੁਜਰੀ, ਇਹ ਅਸੀਂ ਬੰਨ ਕੇ ਲਿਆਂਦੀ। ਵਜੀਦੇ ਨੂੰ ਹੋਰ ਖੁਸ਼ੀ ਹੋ ਗਈ, ਇੱਕ ਤਾਂ ਚਮਕੌਰ ਦਾ ਜਿੱਤਣ ਦੀ ਖੁਸ਼ੀ, ਦੂਜੀ ਨੂੰ ਇਸ ਗੱਲ ਦੀ ਖੁਸ਼ੀ ਹੋ ਗਈ ਵੀ ਉਸ ਬਾਗੀ ਦੇ ਪੁੱਤਰ ਤੇ ਮਾਤਾ ਮੇਰੇ ਕਾਬੂ ਆ ਗਏ। ਕਹਿੰਦਾ ਇਹਨਾਂ ਨੂੰ ਕੱਲ ਨੂੰ ਪੇਸ਼ ਕਰਿਓ। ਬੜੀ ਲੰਬੀ ਕਹਾਣੀ ਹੈ। ਇਹਨਾਂ ਸਾਹਿਬਜ਼ਾਦਿਆਂ ਨੂੰ ਇਸ ਵਜੀਦੇ ਨੇ ਨੀਹਾਂ ਚੜਵਾ ਕੇ ਕਤਲ ਕਰਵਾ ਦਿੱਤਾ। ਇੱਧਰ ਮਾਤਾ ਗੁਜਰੀ ਜੀ ਬੁਰਜ ਵਿੱਚ ਸ਼ਹੀਦ ਹੋਏ। ਕਈ ਇਤਿਹਾਸਕਾਰ ਮੱਖੀ ਦੀ ਮੱਖੀ ਤਾਂ ਕੀ ਮਾਰਨੀ ਹੈ, ਆਪਣੇ ਦਿਮਾਗ ਚੋਂ ਕੱਢ ਕੇ ਲਿਖਦੇ ਨੇ। ਮਾਤਾ ਜੀ ਨੇ ਜਦੋਂ ਸੁਣੀ ਨਾ ਸਾਹਿਬਜ਼ਾਦਿਆਂ ਦੇ ਸ਼ਹੀਦ ਹੋਣ ਦੀ ਖਬਰ, ਉਹਨਾਂ ਨੇ ਬੁਰਜ ਤੋਂ ਛਾਲ ਮਾਰੀ। ਗਲਤ ਹੈ। ਜਲਾਦ ਆਇਆ ਉਸ ਵੇਲੇ ਜਦੋਂ ਸਾਹਿਬਜ਼ਾਦੇ ਨੀਹਾਂ ਵਿੱਚ ਜਾ ਰਹੇ ਸੀ। ਭੱਜਾ ਭੱਜਾ ਜਲਾਦ ਯੂੰ ਕਹਿਣ ਲੱਗਾ, ਮਾਂ ਗੁਜਰੀ ਤੇਰੇ ਬੇਟੇ ਦੇ ਬੇਟੇ ਉਹ ਜਾ ਰਹੇ ਨੇ, ਤੂੰ ਰੇਸ਼ਮ ਵਿੱਚ ਲਪੇਟ ਕੇ ਰੱਖਦੀ ਸੈਂ, ਇੱਟਾਂ ਵਿੱਚ ਲਪੇਟੇ ਅੱਜ ਜਾ ਰਹੇ। ਭੱਜਾ ਭੱਜਾ ਜਲਾਦ ਨੂੰ ਕਹਿਣ ਲੱਗਾ, ਦੋ ਜਿੰਦਾ ਪਿਆਰੀਆਂ ਗੁਜ਼ਰ ਗਈਆਂ,
ਗਿਆ ਗੁਜ਼ਰਿਆ ਸ਼ਹਿਰ ਵੀ ਆਖਦਾ ਹੈ ਗੁਜ਼ਰੀ ਤੇਰੇ ਉੱਤੇ ਕੁਹਾਰੀਆਂ ਗੁਜ਼ਰ ਗਈਆਂ। ਮਾਤਾ ਗੁਜਰੀ ਨੇ ਅੱਗੋਂ ਜਵਾਬ ਦਿੱਤਾ, ਮੇਰਾ ਨਾਂ ਗੁਜਰੀ, ਮੇਰੀ ਅੱਲ ਗੁਜਰੀ, ਇਹੋ ਜਿਹੀ ਕੁਹਾਰੀ ਤਾਂ ਮੇਰੇ ਉੱਤੇ ਘੜੀ ਘੜੀ ਗੁਜਰੀ, ਪਲ ਪਲ ਗੁਜਰੀ। ਮੈਂ ਪਹਿਲੋਂ ਪਤੀ ਦਿੱਤਾ, ਫਿਰ ਪੋਤੇ ਦਿੱਤੇ, ਮਾਂ ਤੇ ਆਖਦੀ ਆ ਹੁਣ ਚੱਲ ਗੁਜਰੀ। ਮੈਨੂੰ ਲੋਕੀ ਗੁਜਰੀ ਤਾਂ ਉਹ ਆਖਦੇ ਨੇ ਜਿਹੜੀ ਆਈ ਸਿਰ ਤੇ ਮੈਂ ਚੱਲ ਗੁਜਰੀ। ਮਾਤਾ ਗੁਜਰੀ ਜੀ ਨੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਸੁਣ ਕੇ ਜਪਜੀ ਸਾਹਿਬ ਦਾ ਪਾਠ ਆਰੰਭਿਆ, ਸ਼ਲੋਕ ਪੜ੍ਹਨ ਦੇ ਨਾਲ ਹੀ ਸਿਰ ਝੁਕਾਇਆ, ਉਸ ਤੋਂ ਬਾਅਦ ਨਹੀਂ ਚੁੱਕਿਆ। ਆਪਣੇ ਸਵਾਸ ਗੁਰੂ ਤੇਗ ਬਹਾਦਰ ਜੀ ਦੇ ਚਰਨਾਂ 'ਚ ਪਹੁੰਚਾ ਦਿੱਤੇ। ਇੱਧਰ ਰਾਏ ਕੱਲਾ ਮੁਸਲਮਾਨ ਹੈ, ਕੋਲ ਖੜਾ, ਕਹਿੰਦਾ ਸ਼ਹਿਨਸ਼ਾਹ ਮੇਰਾ ਦਿਲ ਕਰਦਾ ਵੀ ਦਾਸ ਨੂੰ ਕੋਈ ਸੇਵਾ ਬਖਸ਼ੋ, ਤੁਸੀਂ ਬੜੇ ਤਸੀਹੇ ਚੱਲੇ ਨੇ, ਤੁਸੀਂ ਬੜੇ ਦੁੱਖ ਚੱਲੇ ਨੇ। ਰਾਏ ਕੱਲੇ ਦੇ ਸਾਹਮਣੇ ਮੇਰੇ ਸ਼ਹਿਨਸ਼ਾਹ ਪਾਤਸ਼ਾਹ ਮੁਸਕਰਾਏ, ਕਹਿੰਦੇ ਰਾਏ ਕੱਲਿਆ ਸਾਨੂੰ ਕਿਸੇ ਚੀਜ਼ ਦੀ ਇੱਛਾ ਨਹੀਂ। ਕਹਿੰਦਾ ਜੀ ਮੇਰਾ ਦਿਲ ਕਰਦਾ ਮੈਂ ਤੁਹਾਡੀ ਸੇਵਾ ਜ਼ਰੂਰ ਕਰਨੀ ਹੈ। ਕਲਗੀਧਰ ਪਾਤਸ਼ਾਹ ਸਾਹਮਣੇ ਬੈਠੇ ਨੇ, ਰਾਏ ਕੱਲਾ ਬੇਨਤੀ ਕਰ ਰਿਹਾ, ਗੱਲ ਵਿੱਚ ਪੱਲਾ ਪਾਇਆ ਹੋਇਆ। ਕਹਿੰਦੇ ਭਾਈ ਚੰਗਾ, ਫਿਰ ਤੂੰ ਜੇ ਤੂੰ ਸੇਵਾ ਕਰਨੀ ਹੋਈ ਹੈ ਨਾ, ਧਿਆਨ ਦੇਣਾ ਤੇਰਾ ਪੁੱਤਰਾ ਵਾਲਿਓ, ਜੇ ਤੂੰ ਸੇਵਾ ਕਰਨੀ ਹੈ ਨਾ ਤਾਂ ਫਿਰ ਸਾਡੇ ਦੋ ਸਾਹਿਬਜ਼ਾਦੇ ਤੇ ਮਾਤਾ ਗੁਜਰੀ ਕਹਿੰਦੇ ਨੇ ਸਰਹੰਦ ਸੂਬੇ ਦੀ ਕੈਦ ਵਿੱਚ ਹਨ, ਉਹਨਾਂ ਦੀ ਖਬਰ ਮੰਗਵਾ ਦੇ, ਉਹਨਾਂ ਨੂੰ ਛੱਡ ਦਿੱਤਾ ਕਿ ਨਹੀਂ। ਕਹਿੰਦੇ ਲਓ ਮਹਾਰਾਜ ਹੁਣੀ ਸੇਵਾ ਕਰ ਦਿੰਦੇ ਹਾਂ। ਓ ਨੂਰਿਆ, ਇਹਨੇ ਆਪਣਾ ਨੌਕਰ ਨੂਰਾ ਮਾਹੀ ਮੰਗਵਾਇਆ, ਆ ਗਿਆ ਨੂਰਾ, ਇਹਨੇ ਮੱਥਾ ਟੇਕਿਆ। ਕਹਿੰਦਾ ਓਏ ਰਗੜ ਲੈ ਮੱਥਾ, ਭਾਗ ਜਗਾ ਲੈ, ਗੁਰੂ ਮਹਾਰਾਜ ਆਪਣੇ ਕੋਲ ਆਏ। ਕਹਿੰਦਾ ਜੀ ਹੈ ਨੌਕਰ ਹੈ ਮੇਰਾ ਨੂਰਾ, ਇਹਦਾ ਨਾਂ ਹੈ ਮਾਹੀ, ਕਹਿੰਦੇ ਨੇ ਇਹ ਤੁਹਾਡੀ ਜੋ ਵੀ ਹੁਕਮ ਹੈ ਉਹਨੂੰ ਵਜਾ ਲਾਏ। ਨੂਰਿਆ ਗੁਰੂ ਮਹਾਰਾਜ ਤੈਨੂੰ ਸਰਹੰਦ ਭੇਜਣਾ ਚਾਹੁੰਦੇ ਨੇ। ਇਹ ਕਹਿੰਦਾ ਜੀ ਸਰਹੰਦ ਦੂਰ ਬੜੀ ਹੈ। ਗੁਰੂ ਮਹਾਰਾਜ ਮੁਸਕਰਾਏ, ਕਹਿੰਦੇ ਭਾਈ ਫਿਕਰ ਨਾ ਕਰ, ਤੇਰੇ ਪਿੱਠ ਉੱਤੇ ਗੁਰੂ ਮਹਾਰਾਜ ਦਾ ਹੱਥ ਹੈ, ਤੇਰੇ ਦਿਨਾਂ ਦੇ ਕੰਮ ਘੰਟਿਆਂ 'ਚ, ਘੰਟਿਆਂ ਦੇ ਕੰਮ ਮਿੰਟਾਂ 'ਚ ਹੋਣਗੇ। ਲੈ ਕੇ ਨਾ ਥਾਪਣਾ। ਇਹ ਪਹੁੰਚ ਗਿਆ ਸਰਹੰਦ। ਬੜੀ ਲੰਬੀ ਕਹਾਣੀ ਹੈ, ਬੜੀ ਲੰਬੀ ਵਾਰਦਾਤ ਹੈ, ਬੜੀ ਲੰਬੀ ਦਾਸਤਾਨ ਹੈ, ਲੇਕਿਨ ਇਸ਼ਾਰਾ ਕਰਕੇ ਮੈਂ ਅੱਗੇ ਚੱਲਣਾ ਚਾਹੁੰਦਾ। ਇਹ ਸਰਹੰਦ ਤੁਰ ਗਿਆ, ਇਹ ਹੁਣ ਇਹਦਾ ਮੂੰਹ ਇੰਤਜ਼ਾਰ ਵਿੱਚ ਹੈ, ਦੇਖਣਾ ਚਾਹੁੰਦਾ ਵੀ ਕੋਈ ਮੈਨੂੰ ਮਿਲੇ, ਜਿਸ ਕੋਲ ਮੈਂ ਪੁੱਛਾਂ ਵੀ ਕਿੱਥੇ ਨੇ ਸਾਹਿਬਜ਼ਾਦੇ, ਕਿੱਥੇ ਹੈ ਮਾਤਾ ਗੁਜਰੀ, ਕੀ ਉਹਨਾਂ ਨਾਲ ਬੀਤੀ, ਛੱਡ ਦਿੱਤੇ ਗਏ ਨੇ ਕਿ ਹਾਲੇ ਘੈਣ ਵਿੱਚ ਹੀ ਹਨ। ਉਸ ਨੂਰੇ ਮਾਹੀ ਨੂੰ ਤੁਰੇ ਜਾਂਦੇ ਨੂੰ ਇੱਕ ਠੋਕਰ ਵੱਜੀ, ਠੋਕਰ ਵੱਜਣ ਦੀ ਦੇਰ ਸੀ, ਨੂਰਾ ਮਾਹੀ ਰੁਕ ਗਈ। ਉਹਨੇ ਸੋਚਿਆ ਵੀ ਮੈਨੂੰ ਠੋਕਰ ਕਾਹਦੀ ਵੱਜੀ ਹੈ। ਉਹਨੇ ਵੇਖਿਆ ਇੱਕ ਟੁੱਟੀ ਹੋਈ ਸਰਹੰਦ ਦੀ ਇੱਟ ਪਈ, ਟੁੱਟੀ ਹੋਈ। ਇਹ ਸਿੱਖ ਨੂੰ ਵੇਖ ਕੇ ਉਹ ਅੱਗੇ ਲੱਗਾ ਤੁਰਨ, ਇੱਟ ਕਹਿਣ ਲੱਗੀ ਠਹਿਰ ਜਾ, ਤਖਈਅਲ ਹੈ ਸ਼ਹਿਰ ਦਾ, ਰੁਕ ਜਾ। ਰੁਕ ਗਿਆ ਨੂਰਾ ਮਾਹੀ। ਜਦੋਂ ਨੂਰਾ ਮਾਹੀ ਰੁਕਿਆ, ਇੱਟ ਵਿੱਚੋਂ ਆਵਾਜ਼ ਨਿਕਲੀ। ਜਿਹੜੀ ਆਵਾਜ਼ ਨਿਕਲੀ ਹੈ ਲਓ ਮੈਂ ਤੁਹਾਡੇ ਸਾਹਮਣੇ ਪੇਸ਼ ਕਰਦਾ, ਕਿਹੜੀ ਆਵਾਜ਼ ਹੈ। ਓਏ ਨਾਈਆ ਠੋਕਰਾਂ ਮਾਰ ਨਾ ਸੋਚ ਕੇ ਟੁਰ, ਸਰਹੰਦ ਦੀ ਇੱਟ ਕਹਿ ਰਹੀ। ਓਏ ਨਾਈਆ ਠੋਕਰ ਮਾਰ ਨਾ ਸੋਚ ਕੇ ਟੁਰ, ਮੈਨੂੰ ਸਮਝ ਨਾ ਕਿ ਮੈਂ ਮਰੀ ਹੋਈ ਹਾਂ। ਕੀ ਹੋ ਗਿਆ, ਸਮੇਂ ਦੀਆਂ ਠੋਕਰਾਂ ਤੋਂ ਜੇ ਠੁਕਰਾਈਆਂ ਤਾਂ ਮੈਂ ਠਰੀ ਹੋਈ ਹਾਂ, ਪਤਾ ਚੱਲਦਾ ਮੇਰੀਆਂ ਲਾਲੀਆਂ ਤੋਂ। ਓਏ ਮੈਂ ਨਾਲ ਕਿਤਾਬ ਹਾਂ ਇੱਟ ਨਹੀਂ ਹੋ, ਖੂਨੀ ਸਾਕਿਆਂ ਨਾਲ ਪਈ ਭਰੀ ਹੋਈ ਹਾਂ, ਪਤਾ ਚੱਲਦਾ ਮੇਰੀਆਂ ਲਾਲੀਆਂ ਤੋਂ ਕਿ ਮੈਂ ਦੋ ਲਾਲਾਂ ਦੀ ਰਾਤ ਵਿੱਚ ਤਰੀ ਹੋਈ। ਸਮਝ ਤਾਂ ਨੂਰਾ ਇੱਥੇ ਗਿਆ, ਲੇਕਿਨ ਹੁਣ ਇਹ ਵੀ ਕਿਸੇ ਕੋਲ ਸੁਣਨਾ ਚਾਹੁੰਦੇ। ਅੱਗੇ ਇੱਕ ਮੁਸਲਮਾਨ ਬਾਬਾ ਹੈ, ਉਹਦੇ ਹੱਥ 'ਚ ਡੰਗੋਰੀ ਹੈ, ਉਹ ਕਦੇ ਬਹਿ ਜਾਂਦਾ, ਕਦੇ ਤੁਰ ਪੈਂਦਾ, ਬਿਰਧ ਹੈ। ਇਹਦੇ ਕੋਲ ਜਾ ਕੇ ਨੂਰੇ ਮਾਹੀ ਦੇਖਿਆ, ਬਾਬਾ ਰੱਬ ਤੇਰਾ ਭਲਾ ਕਰੇ, ਤੇਰਾ ਨਗਰ ਇਹੋ ਹੀ। ਤੇ ਉਸ ਮੁਸਲਮਾਨ ਬਾਬੇ ਨੇ ਕਿਹਾ, ਹਾਂ ਸੋਹਣਿਆ ਮੇਰੇ ਲਾਲ, ਮੈਂ ਇੱਥੇ ਹੀ ਬਸ
ਬਦਕਿਸਮਤ ਧਰਤੀ ਦਾ ਵਸਣ ਵਾਲਾ। ਬਾਬਾ ਬਦਕਿਸਮਤ ਇਹ ਕਿਉਂ? ਕਹਿ ਲਗਾ ਇੱਥੇ ਕੁਝ ਦਿਨ ਹੋਏ ਨੇ ਦੋ ਮਾਸੂਮ ਜਿੰਦਾਂ ਨੂੰ ਕਤਲ ਕੀਤਾ ਗਿਆ, ਮੈਂ ਕੁਝ ਕਰ ਨਹੀਂ ਸਕਿਆ, ਤਲਵਾਰ ਚਲਾਈ ਗਈ, ਕੰਧਾ ਚੜਿਆ ਗਿਆ। ਬਾਬਾ ਉਹ ਡਰੇ ਨਹੀਂ, ਜਦੋਂ ਮੋਢਿਆਂ ਤੱਕ ਦੀਵਾਰ ਪਹੁੰਚੀ, ਬਾਬਾ ਫਰਮਾ ਰਿਹਾ ਜਦੋਂ ਮੋਢਿਆਂ ਤੱਕ ਦੀਵਾਰ ਪਹੁੰਚੀ, ਵੱਡਾ ਅੱਖੀਓ ਨੀਰ ਵਹਾਣ ਲੱਗਾ, ਛੋਟੇ ਪੁੱਛਿਆ ਦੱਸ ਤੂੰ ਵੀਰ ਮੇਰੇ, ਤੇਰਾ ਕਾਸ ਤੋਂ ਚਿੱਤ ਘਬਰਾਉਣ ਲੱਗਾ, ਓਏ ਭਾਗਾਂ ਨਾਲ ਸ਼ਹੀਦੀਆਂ ਮਿਲਦੀਆਂ ਨੇ, ਕਿਉਂ ਤੂੰ ਮੌਤ ਕੋਲੋਂ ਡਰ ਖਾਣ ਲੱਗਾ? ਵੱਡੇ ਆਖਿਆ ਮੌਤ ਦਾ ਡਰ ਨਹੀਂ, ਮੈਨੂੰ ਡਰ ਇੱਕ ਹੋਰ ਸਤਾਉਣ ਲੱਗਾ, ਪਹਿਲੋਂ ਜੰਮਿਆ ਪਲਿਆ ਤੇ ਖੇਡਿਆ ਮੈਂ, ਪਹਿਲੋਂ ਖਾਣ ਤੇ ਪੀਣ ਹੰਡਾਉਣ ਲੱਗਾ, ਇਹ ਪਰ ਵਕਤ ਅਖੀਰ ਜਦ ਆਣ ਪਹੁੰਚਾ, ਬਾਜ਼ੀ ਜਿੱਤ ਤੂੰ ਮੈਥੋਂ ਲੈ ਜਾਣ ਲੱਗਾ। ਮੈਨੂੰ ਇਸ ਗੱਲ ਦਾ ਤੌਖਲਾ ਹੈ, ਮੈਨੂੰ ਇਸ ਗੱਲ ਦਾ ਡਰ ਹੈ। ਬਾਬਾ ਫਿਰ ਉਹ ਬੱਚੇ ਘਬਰਾ ਗਏ ਹੋਣਗੇ। ਨਹੀਂ ਬੇਟਾ, ਕਤਲ ਕਰਨ ਵੇਲੇ ਜ਼ਾਲਮ ਕਹਿਣ ਲੱਗੇ, ਦੱਸੋ ਆਖਰੀ ਕੋਈ ਬਿਆਨ ਦੇ ਕੇ, ਕਹਿੰਦੇ ਕਹਿ ਦੇਣਾ ਕਲਗੀ ਵਾਲੇ ਨੂੰ ਤੇਰੇ ਲਾਲ ਤੁਰ ਗਏ ਇਮਤਾਨ ਦੇ ਕੇ। ਨੂਰਾ ਵਾਪਸ ਗਿਆ, ਇਹ ਪੰਤ ਮੁਕਾਂਦਾ ਮੁਕਾਂਦਾ ਰਾਏ ਕਲੇ ਪਹੁੰਚ ਗਿਆ, ਇਹ ਅੱਗੇ ਕਲਗੀ ਤਰਪਾਚਾ ਬੈਠੇ ਨੇ, ਕੁਛ ਸੰਗਤ ਬੈਠੀ ਹੈ। ਨੂਰੇ ਨੇ ਤਾਹ ਮਾਰੀ, ਨੂਰਾ ਰੋਇਆ, ਨੂਰਾ ਪਿਟਿਆ, ਮੇਰੇ ਸ਼ਹਿਨਸ਼ਾਹ ਮੁਸਕਰਾਏ, ਕਹਿ ਲੱਗੇ ਨੂਰੀਆ ਰੋ ਕਿਉਂ ਰਹੇ ਹੈ, ਦੱਸ ਸਾਹਿਬਜ਼ਾਦੇ ਛੱਡ ਦਿੱਤੇ ਗਏ ਨੇ, ਮਾਤਾ ਜੀ ਸੁਰੱਖਿਅਤ ਹੋ ਗਏ ਨੇ, ਮਾਤਾ ਜੀ ਕਿੱਥੇ ਨੇ, ਕੁਝ ਖਬਰ ਹੈ? ਮਾਹੀ ਨੇ ਆ ਸਰਹੰਦ ਤੋਂ ਜਦਹਾਲ ਰੋ ਰੋ ਦੱਸਿਆ, ਦਸਵੇਸ਼ ਦਰਦੀ ਦੇਸ਼ ਦਾ ਤਨ ਸ਼ੁਕਰ ਦੇ ਰੰਗ ਵਸਿਆ, ਉਸ ਨੈਣ ਮੀਟੇ ਹੱਥ ਜੋੜੇ, ਇਸ ਤਰ੍ਹਾਂ ਫਿਰ ਬੋਲਿਆ, ਮੈਂ ਖੁਸ਼ ਹਾਂ ਸਰਬੰਸ ਨੂੰ ਮੈਂ ਧਰਮ ਬਦਲੇ ਖੋਲਿਆ, ਮੈਂ ਖੁਸ਼ ਹਾਂ, ਅੰਮੀ ਨੇ ਕੁਰਬਾਨ ਕੀਤੀ ਜਿੰਦ ਹੈ, ਮੈਂ ਖੁਸ਼ ਹਾਂ, ਅੰਮੀ ਨੇ ਕੁਰਬਾਨ ਕੀਤੀ ਜਿੰਦ ਹੈ, ਅੰਮੀ ਦੇ ਸਾਕੇ ਉੱਤੇ ਪ੍ਰਸੰਨ ਅੱਜ ਗੋਬਿੰਦ ਹੈ, ਮੈਂ ਖੁਸ਼ ਹਾਂ, ਦੋ ਲਾਡਲੇ ਲੜਕੇ ਸ਼ਹੀਦੀ ਪਾ ਗਏ ਚਮਕੌਰ, ਮੈਂ ਖੁਸ਼ ਹਾਂ, ਦੋ ਚੰਦ ਮੇਰੇ ਸਰਹੰਦ ਜੋਤਾਂ ਜਗਾ ਗਏ, ਇੱਕ ਮੰਗ ਮੇਰੀ ਹੋਰ ਵੀ, ਦਾਦਾ ਤੂੰ ਪੂਰੀ ਕਰ ਦੇਵੀਂ, ਦਸਮੇਸ਼ ਕਰ ਤੋਂ ਮੰਗਦਾ, ਠੁੱਠੀ ਤਾਂ ਠੂਠਾ ਭਰ ਦੇਵੀਂ, ਮੈਂ ਜੀਮ ਦੇ ਜੀ ਨਾ ਟਲਾਂ, ਨੇਕੀ ਭਲੇ ਉਪਕਾਰ ਤੋਂ ਮੈਦਾਨ ਦਾ ਮੋਹਰੀ ਰਹਾਂ, ਚੁੱਕਣ ਹੱਥ ਤਲਵਾਰ। ਇਹ ਮੰਗ ਮੰਗੀ ਗਈ, ਇਹ ਯਾਚਨਾ ਕੀਤੀ ਗਈ, ਰਾਏ ਕਲੇ ਨੂੰ ਨਿਹਾਲ ਕਰਕੇ ਮੇਰੇ ਸ਼ਹਿਨਸ਼ਾਹ ਪਾਤਸ਼ਾਹ ਪੰਥ ਮੁਕਾਂਦੇ ਨੂੰ ਕਾਂਦੇ ਪਹੁੰਚ ਗਏ ਨੇ ਸਾਬੋ ਕੀ ਤਲਵੰਡੀ। ਆਓ ਚਲੀ, ਇੱਥੋਂ ਦਾ ਇੱਕ ਸਰਦਾਰ ਜਿਸਦਾ ਨਾਂ ਇਤਿਹਾਸ ਨੇ ਡੱਲਾ ਦਿੱਤਾ, ਇਹ ਆਇਆ, ਇਹਨੂੰ ਪਤਾ ਲੱਗ ਗਿਆ ਵੀ ਗੁਰੂ ਮਹਾਰਾਜ ਆਏ ਨੇ, ਇਹਨੇ 400 ਸਵਾਰ ਨਾਲ ਲੈ ਕੇ, ਇੱਕ ਸਜਾ ਕੇ ਘੋੜਾ, 100 ਮੋਹਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਭੇਟ ਕੀਤੀ, ਗੱਜ ਕੇ ਆਖੋ ਸਤਨਾਮ ਸਿੰਘ, ਇਹਨੇ ਭੇਟਾ ਕੀਤੀ, ਇੱਥੇ ਮੇਰੇ ਸ਼ਹਿਨਸ਼ਾਹ ਪਾਤਸ਼ਾਹ ਨੇ ਕਮਰ ਕਸਾ ਖੋਲਿਆ, ਦਮ ਲਿਆ, ਇਸੇ ਕਰਕੇ ਉਸ ਥਾਂ ਦਾ ਨਾਂ ਦਮ ਦਮਾ ਰੱਖਿਆ ਗਿਆ। ਡੇਰੇ ਲਾਤੇ ਗਏ ਨੇ ਤੇ ਨਿਕਲਦੇ ਜਾ ਰਹੇ ਨੇ, ਸੰਗਤਾਂ ਬੜੇ ਪਿਆਰ ਨਾਲ ਜੁੜਦੀਆਂ ਨੇ। ਇੱਕ ਦਿਨ ਬੈਠਿਆਂ ਬੈਠਿਆਂ ਦਰਬਾਰ ਸਜਿਆ ਹੋਇਆ ਸੀ, ਇੱਕ ਸ਼ਾਇਰ ਨੇ ਇੱਕ ਗੱਲ ਕਹੀ ਕਲਗੀਧਰ ਪਾਤਸ਼ਾਹ ਵੱਲ ਇਸ਼ਾਰਾ ਕਰਕੇ, ਸ਼ਹਿਨਸ਼ਾਹ ਜੇਕਰ ਜਗਤ ਤਮਾਸ਼ਾ ਹੀ ਵੇਖਣਾ ਸੀ ਤਾਂ ਫਿਰ ਜਗਤ ਨੂੰ ਚੋਦ ਵਿਖਾਏ ਕਿਉਂ ਸੀ? ਦਮਦਮੇ ਦਾ ਦਰਬਾਰ ਸਜਿਆ ਹੋਇਆ, ਉੱਥੇ ਇੱਕ ਸ਼ਾਇਰ ਨੇ ਭਰੇ ਦਰਬਾਰ ਵਿੱਚ ਇੱਕ ਐਲਾਨ ਕੀਤਾ, ਕਹਿਣਾ ਸੱਚੇ ਪਾਤਸ਼ਾਹ ਜੇਕਰ ਜਗਤ ਤਮਾਸ਼ਾ ਹੀ ਵੇਖਣਾ ਸੀ ਤਾਂ ਫਿਰ ਜਗਤ ਨੂੰ ਚੋਦ ਵਿਖਾਏ ਕਿਉਂ ਸੀ? ਹੇਮ ਕੁੰਟ ਦੇ ਮਾਲਕ ਆਪ ਬਣ ਕੇ ਡੇਰੇ ਮਾਛੀ ਵਾਲੇ ਜੰਗਲਾਂ ਵਿੱਚ ਲਾਏ ਕਿਉਂ ਸੀ? ਪਾਲ ਪੋਸ ਕੇ ਨਖਤੇ ਜਿਗਰੇ ਆਪਣੇ ਲਾੜੀ ਮੌਤ ਦੇ ਨਾਲ ਪਰਲਾਏ ਕਿਉਂ ਸੀ? ਮੈਂ ਨਹੀਂ ਪੁੱਛਦਾ, ਨਾ ਮੈਂ ਪੁੱਛਣ ਜੋਗਾ, ਪਈ ਪੁੱਛਦੀ ਸਰਹੱਦ ਦੀ ਨੀ ਤੈਨੂੰ, ਜੇਕਰ ਰੱਬ ਵੀ ਹੁੰਦਾ ਤੇ ਪਿਘਲ ਜਾਂਦਾ, ਦਸ ਆਖਾਂ ਤੇ ਆਖਾਂ ਨਾ ਕੀਤਾ।
ਇਹ ਨਿਕਲ ਕਹਿਣ ਦੀ ਦੇਰ ਸੀ, ਸੰਗਤਾਂ ਵਿੱਚ ਸਾਰਿਆਂ ਦੇ ਨੈਣ ਸੱਜਣ ਹੋ ਗਏ। ਮੇਰੇ ਸ਼ਹਿਨਸ਼ਾਹ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਬੜੇ ਪਿਆਰ ਨਾਲ ਬੈਠੇ ਨੇ। ਜਦੋਂ ਉਸੇ ਵੇਲੇ ਸੁੰਦਰੀ ਜੀ ਆਏ, ਨਾਲ ਹੀ ਸਹਿਦੇਵਾ ਜੀ ਆਏ। ਸੁੰਦਰੀ ਜੀ ਨੇ ਪਰੇ ਦਰਬਾਰ ਵਿੱਚ ਆ ਕੇ ਕਿਹਾ, ਮੇਰੇ ਸ਼ਹਿਨਸ਼ਾਹ ਮੈਂ ਤੁਹਾਡੇ ਦਰਸ਼ਨ ਕਰਕੇ ਪ੍ਰਸੰਨ ਹੋਈ ਹਾਂ, ਸੰਤਾਂ ਦੇ ਦਰਸ਼ਨ ਕਰਕੇ ਗਦਗਦ ਪ੍ਰਸੰਨ ਹੋਈ ਹਾਂ, ਪਰ ਮੈਨੂੰ ਮਾਤਾ ਜੀ ਦੇ ਦਰਸ਼ਨ ਨਹੀਂ ਹੋ ਰਹੇ। ਸ਼ਹਿਨਸ਼ਾਹ ਮੈਨੂੰ ਮੇਰੇ ਜੀਤ ਦੇ ਦਰਸ਼ਨ ਨਹੀਂ ਹੋ ਰਹੇ, ਮੇਰੇ ਪਿਆਰੇ ਜੁਝਾਰ ਦੇ ਦਰਸ਼ਨ ਨਹੀਂ ਹੋ ਰਹੇ, ਮੈਨੂੰ ਮੇਰੇ ਜੋਰਾਵਰ ਦੇ ਦਰਸ਼ਨ ਨਹੀਂ ਹੋ ਰਹੇ, ਮੈਨੂੰ ਮੇਰੇ ਛੋਟੇ ਦੇ ਫਤਿਹ ਸਿੰਘ ਦੇ ਦਰਸ਼ਨ ਨਹੀਂ ਹੋ ਰਹੇ। ਮੇਰੇ ਦਾਤਾਰ ਪਾਤਸ਼ਾਹ ਨੇ ਬੜੇ ਪਿਆਰ ਨਾਲ ਐਲਾਨ ਕੀਤਾ, ਕਹਿਣ ਲੱਗੇ, ਐ ਸੁੰਦਰੀ ਇਨ ਪੁੱਤਰਨ ਕੈ ਸੀਸ ਪੈ ਵਾਰ ਦੀਏ ਸੁੱਚਾ, ਚਾਰ ਮੂਹੇ ਤੋਂ ਕਿਆ ਭਇਆ ਤੇਰੇ ਜੀਵਤ ਕਈ ਹਜ਼ਾਰ। ਡੱਲੇ ਨੇ ਫਿਰ ਮੁੱਛਾਂ ਨੂੰ ਵੱਢ ਦਿੱਤਾ, ਕਹਿੰਦਾ, ਸੱਚੇ ਪਾਤਸ਼ਾਹ ਮੈਨੂੰ ਬੜਾ ਦੁੱਖ ਹੈ, ਮੈਨੂੰ ਤਾਂ ਪਤਾ ਹੀ ਹੋਣ ਲੱਗਿਆ ਵੀ ਤੁਹਾਡਾ ਤਾਂ ਸਾਰੇ ਪਰਿਵਾਰ ਸ਼ਹੀਦ ਹੋ ਗਿਆ। ਇਸ ਗੱਲ ਦਾ ਮੈਨੂੰ ਪਤਾ ਵੀ ਤੁਸੀਂ ਅਨੰਦਪੁਰ ਤੋਂ ਉਜੜ ਕੇ ਆਏ ਹੋ, ਤੁਹਾਨੂੰ ਅਨੰਦਪੁਰ ਛੱਡਣਾ ਪਿਆ, ਕਿਤੇ ਮੈਨੂੰ ਯਾਦ ਕਰਦੇ, ਕਿਤੇ ਮੈਨੂੰ ਮੌਕਾ ਬਖਸ਼ ਦੇ। ਡੱਲਿਆ ਤੂੰ ਕੀ ਕਰਦਾ? ਕਹਿੰਦਾ, ਜੀ ਮੇਰੇ ਕੋਲ ਬੜੇ ਬਹਾਦਰ ਨੇ, ਮੇਰੇ ਕੋਲ ਬੜੇ ਯੋਧੇ ਨੇ। ਡੱਲਾ ਮੁੱਛਾਂ ਨੂੰ ਵੱਟ ਦੇ ਕਹਿਣ ਲੱਗਾ, ਮੇਰੇ ਜਿਹੇ ਜੇ ਤੇਰੇ ਮੁਰੀਦ ਹੋਵਣ, ਲੱਖ ਲਾਂਤਾਂ ਨੇ ਸਾਡੀ ਜ਼ਿੰਦਗੀ ਤੇ ਸਾਡੇ ਹੁੰਦੇ ਬੱਚੇ ਸ਼ਹੀਦ ਹੋਵਣ, ਸਾਨੂੰ ਦੁੱਖ, ਮੈਨੂੰ ਕਿਤੇ ਯਾਦ ਤਾਂ ਕਰ ਲੈਂਦੇ। ਡੱਲਿਆ, ਕਈ ਵੇਰ ਸਮੇਂ ਬਣ ਜਾਂਦੇ ਨੇ, ਬੰਦੇ ਨੂੰ ਹਰ ਵੇਲੇ ਚੜ੍ਹਦੀ ਕਲਾ ਵੱਲ ਜਾਣਾ ਚਾਹੀਦਾ, ਢਹਿੰਦੀ ਕਲਾ ਵੱਲ ਹੀ ਜਾਣਾ ਚਾਹੀਦਾ। ਕਹਿੰਦਾ, ਨਹੀਂ ਮੈਂ ਤਾਂ ਹਰ ਵੇਲੇ ਤਿਆਰ ਹਾਂ, ਮੇਰੇ ਸਾਥੀ ਹਰ ਵੇਲੇ ਤਿਆਰ ਹੈ, ਪਰ ਮੈਨੂੰ ਅਫਸੋਸ ਇਸ ਗੱਲ ਦਾ ਵੀ ਪਿੱਛੇ ਜਿਹਾ ਸਮਾਂ ਲੰਘ ਗਿਆ ਨਾ, ਉਹਦਾ ਮੈਨੂੰ ਬੜਾ ਦੁੱਖ ਹੈ, ਤੁਸੀਂ ਮੈਨੂੰ ਯਾਦ ਨਹੀਂ ਕੀਤਾ। ਇੰਨੇ ਨੂੰ ਇਹ ਸੰਗਤ ਜੁੜੀ ਬੈਠੀ ਹੈ, ਇੱਕ ਸਿੱਖ ਆਇਆ, ਉਹਨੇ ਆ ਕੇ ਆਪਣੇ ਵੱਲੋਂ ਪ੍ਰੇਮ ਭੇਟ ਕੀਤੀ, ਇਹਨੇ ਕਰਕੇ ਭੇਟਾ, ਸ਼ਹਿਨਸ਼ਾਹ ਪਾਤਸ਼ਾਹ ਦੇ ਕੋਲ ਬੈਠ ਗਿਆ। ਉਸ ਤਸਵੀਰ ਨੂੰ ਸਾਥੀ ਤੁਹਾਡੇ ਸਾਹਮਣੇ ਹੈ ਕਿਉਂ ਗੱਲ,
ਇੱਥੇ ਕੁਝ ਇਸ ਲੜੀ ਤੋਂ ਪਾਸੇ ਜਾਣਾ ਚਾਹੁੰਦਾ। ਕਿਉਂ? ਗੁਰੂ ਕਾ ਸਿੱਖ ਦਸਵੰਧ ਲਿਆਉਂਦਾ। ਇੱਥੇ ਵੀ ਹੋਰ ਵੀ ਕਈ ਥਾਵਾਂ 'ਤੇ ਅਸੀਂ ਵੇਖਦੇ ਹਾਂ ਗੁਰੂ ਕੇ ਸਿੱਖ, ਗੁਰੂ ਕੇ ਦਰੋਗਰ ਰਸਾਈਆਂ, ਮਾਵਾਂ, ਭੈਣਾਂ, ਬੱਚੀਆਂ, ਵੀਰ, ਬਜ਼ੁਰਗ, ਜੋ ਵੀ ਉਹਨਾਂ ਕੋਲ ਸ਼ਰਧਾ ਹੁੰਦੀ ਹੈ ਉਹਦੇ ਮੁਤਾਬਿਕ ਗੁਰੂ ਕੇ ਦਰਬਾਰ 'ਚ ਲਿਆ ਕੇ ਭੇਂਟ ਕਰਕੇ ਮੱਥਾ ਟੇਕ ਦਿੰਦੇ। ਕਿਉਂ ਟੇਕਦੇ ਨੇ? ਇਹਦਾ ਇੱਕੋ ਇੱਕ ਜਵਾਬ ਹੈ, ਅੱਗੇ ਵਾਸਤੇ ਆਪਣੇ ਦਸਾਂ ਨਹੁੰ ਦੀ ਪਿੱਤਰ ਕਮਾਈ ਵਿੱਚੋਂ ਕੁਝ ਬੀਜਣਾ ਚਾਹੀਦਾ। ਨਾਮਦੇਵ ਜੀ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਦਰਜ ਹੈ। ਨਾਮਦੇਵ ਜੀ ਮੁਹੰਮਦ ਤੁਗਲਕ ਦੇ ਕੋਲ ਪੇਸ਼ ਹੋਏ। ਮੁਹੰਮਦ ਤੁਗਲਕ ਨੇ ਕਈ ਪ੍ਰੀਖਿਆਵਾਂ ਲਈਆਂ। ਜਦ ਪਤਾ ਲੱਗਿਆ ਨਾ ਵੀ ਮਹਾਨ ਸੰਤ ਹੈ, ਬ੍ਰਹਮ ਗਿਆਨੀ ਹੈ, ਆਪਣੇ ਵੱਲੋਂ ਇੱਕ ਕੀਮਤੀ ਸੇਜ਼ਾ ਬਹੁਤ ਵਡਮੁੱਲਾ ਦੁਸ਼ਾਲਾ ਭੇਂਟ ਕੀਤਾ। ਕਹਿੰਦੇ ਭਾਈ ਸਾਨੂੰ ਤਾਂ ਲੋੜ ਨਹੀਂ। ਕਹਿੰਦਾ ਮਹਾਰਾਜ ਮੇਰੀ ਸ਼ਰਧਾ ਮੈਂ ਦੇਣਾ ਜ਼ਰੂਰ। ਇਹਦੇ ਸਿਪਾਹੀ ਨਾਲ ਛੱਡਣ ਚਲੇ ਗਏ ਇੱਕ ਨਦੀ 'ਤੇ ਜਾ ਕੇ। ਕਹਿੰਦੇ ਚੰਗਾ ਬਾਬਾ ਜੀ ਸਾਨੂੰ ਤੁਹਾਨੂੰ ਆਗਿਆ ਦਿਓ, ਆਹ ਲਓ ਦੁਸ਼ਾਲਾ ਸੇਜ਼ਾ। ਬਾਬਾ ਨਾਮਦੇਵ ਜੀ ਨੇ ਫੜਿਆ ਦੁਸ਼ਾਲਾ ਸੇਜ਼ਾ, ਨਦੀ 'ਚ ਉਗਾ ਮਾਰੀ। ਇਹਨੇ ਸਿਪਾਹੀਆਂ ਨੇ ਜਾ ਕੇ ਖਬਰ ਦਿੱਤੀ ਬਾਦਸ਼ਾਹ ਨੂੰ। ਕਹਿੰਦਾ ਵੀ ਬਾਬੇ ਨੇ ਤਾਂ ਉਹ ਨਦੀ 'ਚ ਗੇਰ ਦਿੱਤਾ ਤੇਰਾ ਦਸਵੰਧ, ਇਹ ਤੇਰੇ ਵੱਲੋਂ ਭੇਟਾ ਕੀਤੀ ਹੋਈ ਨਦੀ 'ਚ ਦੇਖ ਦਿੱਤੀ। ਉਹਨੂੰ ਬੜਾ ਗੁੱਸਾ ਆਇਆ। ਉਹ ਆ ਕੇ ਪਿੱਛੇ ਕਹਿੰਦਾ ਬਾਬਾ ਨਾਮਦੇਵ ਇਹ ਤੂੰ ਕੀ ਕੀਤਾ? ਇਹ ਤਾਂ ਬਹੁਤ ਕੀਮਤੀ ਸੀ, ਇਹ ਤਾਂ ਬਹੁਤ ਵਡਮੁੱਲੀ ਸੀ। ਕਹਿੰਦੇ ਭਾਈ, ਕਹਿੰਦਾ ਜੇ ਤੁਸੀਂ ਨਹੀਂ ਸੀ ਰੱਖਣੀ ਮੈਨੂੰ ਮੋੜ ਦਿਓ। ਬਾਦਸ਼ਾਹ ਮੁਹੰਮਦ ਤੁਗਲਕ ਬਾਬਾ ਨਾਮਦੇਵ ਨੂੰ ਕਹਿੰਦਾ ਜੇ ਤੁਸੀਂ ਨਹੀਂ ਪ੍ਰਵਾਨ ਕਰਦੇ ਤਾਂ ਮੈਨੂੰ ਵਾਪਸ ਕਰ ਦਿਓ। ਕਹਿੰਦੇ ਭਾਈ ਚੰਗਾ, ਇੱਥੇ ਬਹਿ ਜਾ ਨਦੀ ਦੇ ਕਿਨਾਰੇ। ਨਦੀ ਦੇ ਕਿਨਾਰੇ ਬਾਬਾ ਨਾਮਦੇਵ ਜੀ ਬੈਠੇ ਨੇ। ਮਾਫ ਕਰਨਾ, ਇਤਿਹਾਸ ਦੱਸਦਾ ਜਿਹਨਾਂ ਨੂੰ 72 ਵੇਰ ਦਰਸ਼ਨ ਹੋਏ ਨੇ, ਪਰ ਮੈਂ ਇੱਥੇ ਇਸ ਗੱਲ ਨਾਲ ਸਹਿਮਤ ਨਹੀਂ। ਜਦ ਲਿਖ ਦਿੱਤਾ ਗਿਆ ਨਾਮੇ ਨਾਰਾਇਣ ਨਾਹੀ ਭੇਦ, ਫਿਰ ਗਿਣਤੀ 72 ਕਰਨੀ ਸ਼ੋਭਦੀ ਨਹੀਂ। ਮੈਂ ਨਹੀਂ ਲਿਖਦਾ, ਗੁਰੂ ਅਰਜਨ ਦੇਵ ਜੀ ਫਰਮਾਉਂਦੇ ਨੇ ਨਾਮੇ ਨਾਰਾਇਣ ਨਾਹੀ ਭੇਦ, ਸਕਲ ਕਲੇਸ਼ ਨਿੰਦਕ ਪਿਆ ਖੇਤ। ਨਾਮਦੇਵ ਜੀ ਬੈਠੇ ਨੇ ਕਿਨਾਰੇ ਤੇ। ਮੈਂ ਕਹਿੰਦੇ ਭਾਈ ਨਿਗਾਹ ਰੱਖੀ ਜਿਹੜੀ ਤੇਰੀ ਸਿਹਤ ਹੈ ਨਾ, ਆਪਣੀ ਸੁਭਾਅ ਦੀ ਮੈਨੂੰ ਦੱਸਦੀ, ਮੈਂ ਕੋਲ ਆਦਮਾ ਸੇਵਾ ਕਰਾਂ। ਹੁਣ ਇਹ ਬੈਠਾ ਮੁਹੰਮਦ ਬਾਦਸ਼ਾਹ ਤੁਗਲਕ ਬੈਠਾ ਕਿਨਾਰੇ ਤੇ, ਸੇਜ਼ਾ ਇੱਕ ਨਹੀਂ ਆਈ ਜਾ ਰਹੀਆਂ ਨੇ, ਲਾਈਨ ਲੱਗੀ ਹੋਈ ਹੈ। ਕਹਿੰਦੀ ਆਹ ਵੀ ਮੇਰੀ ਹੈ, ਉਸ ਤੋਂ ਪਿੱਛੇ ਹੋਰ ਆਈ ਕਹਿੰਦੀ ਉਹ ਵੀ ਮੇਰੀ, ਇੱਕੋ ਹੀ ਰੰਗ ਦੀਆਂ 100-150। ਕਹਿੰਦਾ ਮਹਾਰਾਜ ਜੀ ਮੇਰੀ ਤਾਂ ਇੱਕ ਸੀ। ਕਹਿੰਦੇ ਜਿਹੜਾ ਤੁਸੀਂ ਦਸੰਦ ਲੈ ਕੇ ਗੁਰੂ ਕੇ ਦਰਬਾਰ 'ਚ ਆਉਂਦੇ ਹੋ ਆਪਣੇ ਵੱਲੋਂ ਦਸੰਦ ਭੇਟ ਕਰਦੇ, ਉਹਦਾ ਲਾਭ ਕੀ ਹੈ? ਕਹਿੰਦਾ ਜੀ ਮੇਰੀ ਤਾਂ ਇੱਕ ਸੀ। ਕਹਿੰਦੇ ਭਾਈ ਤੈਂ ਕੀਤਾ ਸੀ ਦਾਨ, ਤੈਨੂੰ ਇੱਕ ਦੀ 125 ਮਿਲਣੀ ਸੀ, ਪਰ ਤੇਰੇ ਮਨ 'ਚ ਆ ਗਿਆ ਹੰਕਾਰੀ ਮੈਂ ਭੇਟਾ ਕਰੀ ਹੈ, ਹੁਣ ਤੈਨੂੰ ਉਹ ਜਿਹੜੀ ਤੇਰੀ ਆ ਉਹ ਵੀ ਨਹੀਂ ਮਿਲਣੀ, ਉਹ ਵੀ ਇਹਦੇ ਨਾਲੇ ਜਾਓ। ਇੱਕ ਗੱਲ ਜਦੋਂ ਵੀ ਜਿਉਂ ਕੁੰਚਰ ਸ਼ਨਾਨ ਵਾਲੀ ਗੱਲ ਹੈ, ਜੇ ਦਾਨ ਕਰਕੇ ਮਨ 'ਚ ਹੰਕਾਰ ਆ ਜਾਣਾ ਵੀ ਮੈਂ ਕੀਤਾ, ਜੇ ਮੈਂ ਗੁਰਦੁਆਰੇ ਅੱਜ ਅਖੰਡ ਪਾਠ ਨਾ ਕਰਾਉਂਦਾ, ਐਤਕੀ ਅਖੰਡ ਪਾਠ ਨਹੀਂ ਤਾਂ ਕਿਸੇ ਨੇ ਕਰਾਉਣਾ, ਮਾਫ਼ ਕਰਨਾ, ਇਹ ਗੱਲ ਸ਼ੋਭਦੀ ਨਹੀਂ। ਬਾਬਾ ਨਾਮਦੇਵ ਜੀ ਦੀ ਇੱਕ ਹੋਰ ਮਿਸਾਲ ਪੇਸ਼ ਕਰਦਾ ਦਾਨ ਵਜੋਂ। ਇੱਕ ਸੇਠ ਬਿਮਾਰ ਹੋ ਗਿਆ, ਇਹਨੂੰ ਬੜੀ ਤਕਲੀਫ ਹੋ ਗਈ, ਇਹਨੇ ਬੜਾ ਇਲਾਜ ਕਰਾਇਆ, ਇਹ ਬੜਾ ਧਨੀ ਸੀ। ਇਹਨੂੰ ਕਿਸੇ ਨੇ ਸਲਾਹ ਦਿੱਤੀ ਵੀ ਤੂੰ ਇਸ ਤਰ੍ਹਾਂ ਨਾ ਕਰ, ਕਿਸੇ ਨੂੰ ਤੂੰ ਸੋਨਾ ਦਾਨ ਕਰ ਦੇ। ਕਹਿੰਦਾ ਕਿੰਨਾ ਕਰਾਂ? ਕਹਿੰਦਾ ਆਪਣਾ ਸਰੀਰ ਦੇ ਹਮ ਜਿੰਨਾ ਤੇਰਾ ਸਰੀਰ ਹੈ ਨਾ, ਇਹਦੇ ਸਰੀਰ ਦੇ ਵਜ਼ਨ 'ਚ ਤੋਲ ਕੇ ਛੋਟੀ ਛੋਟੀ ਡਲੀਆਂ ਬਣਾ ਲੈ, ਜਿੰਨਾ ਵੀ ਕੋਈ ਮਹਾਂਪੁਰਸ਼ ਹੋਵੇ ਉਹਨੂੰ ਤੂੰ ਦਾਨ ਕਰੀਏ। ਖਬਰ ਹੈ ਕਿ ਕਿਹਦੀ ਅਸ਼ੀਸ਼ ਨਾਲ ਤਾਂ ਰਾਜੀ ਹੋ ਜਾਣਾ, ਛੋਟੀ ਛੋਟੀਆਂ ਡਲੀਆਂ ਬਣਾ ਲਈਆਂ, ਬੜਾ ਤਨਾੜ ਸੀ, ਕਹਿੰਦੇ ਨੇ ਅਰਬਾਂ ਖਰਬਾਂ ਪਤੀ ਸੀ ਉਸ ਵੇਲੇ।
ਇਹਨੇ ਡਲੀਆਂ ਛੋਟੀ ਬਣਾ ਲਈਆਂ। ਜਿਹੜਾ ਵੀ ਸਾਧ ਸੰਤ ਦੇਖਿਆ ਕਰੇ, ਜਿਹੜਾ ਵੀ ਕੋਈ ਮੰਗਤਾ ਮਿਲਿਆ ਕਰੇ, ਉਹਨੂੰ ਪੁੱਛਿਆ ਕਰੇ ਦੱਸ ਵੀ ਕਿਹੜੀ ਤੈਨੂੰ ਦਾਨ ਕਰਾਂ। ਜਿਹੜੀ ਕੋਈ ਲਾਲਚੀ ਹੋਵੇ, ਜਿਹੜੀ ਕੋਈ ਮੰਗੇ ਚੱਕ ਲਿਆ ਕਰੇ। ਸਾਰੇ ਆ ਗਏ, ਸੋਨਾ ਮੁੱਕਣ ਵਾਲਾ ਹੋ ਗਿਆ, ਆਰਾਮ ਹੋ ਜਾਣਾ। ਕਿਸੇ ਨੇ ਕਿਹਾ, ਕਹਿੰਦਾ ਬਈ ਕੀ ਗੱਲ ਹੈ, ਤੇਰਾ ਸੋਨਾ ਤਾਂ ਮੁੱਕ ਚੱਲਿਆ। ਕਹਿੰਦਾ ਜੀ ਫਿਰ ਹੁਣ ਕੀ ਕਰੀਏ। ਕਹਿੰਦਾ ਸਾਨੂੰ ਐਂ ਲੱਗਦਾ ਵੀ ਕੋਈ ਹਾਲੇ ਤੱਕ ਬ੍ਰਹਮ ਗਿਆਨੀ ਨਹੀਂ ਆਏ, ਜਿੰਨੇ ਆਏ ਲੁਟੇਰੇ ਹੀ ਆਏ, ਸਭ ਪੱਤੇ ਚੁੱਟਣ ਵਾਲੇ ਆਏ, ਰਗੜਾਈ ਲਾਉਣ ਵਾਲੇ ਆਏ, ਸੱਚੇ ਨਹੀਂ ਆਏ, ਪਿਆਰ ਵਾਲਾ ਨਹੀਂ ਆਇਆ ਰੱਬ ਦੇ। ਉਹ ਕਹਿੰਦੇ ਫਿਰ ਕਿਸ ਤਰ੍ਹਾਂ ਕਰੀਏ, ਤੋਂ ਕਿਵੇਂ ਕੀਤੀ ਜਾਏ। ਉਹ ਸੱਜਣ ਕਹਿਣ ਲੱਗਾ ਵੀ ਮੈਨੂੰ ਇਸ ਤਰ੍ਹਾਂ ਲੱਗਦੀ ਹੈ ਬਈ ਭਗਤ ਨਾਮਦੇਵ ਹੈ, ਉਹਨਾਂ ਨੂੰ ਜੇ ਆਪਾਂ ਬੁਲਾ ਕੇ ਪੁੱਛੀਏ, ਹੋ ਸਕਦਾ ਵੀ ਤੇਰਾ ਦੁੱਖ ਦੂਰ ਹੋ ਜਾਏ। ਕਹਿੰਦਾ ਮੈਨੂੰ ਤਾਂ ਆਪਣਾ ਦੁੱਖ ਦੂਰ ਕਰਾਉਣਾ ਚਾਹੇ ਜਿਹਨੂੰ ਮਰਜ਼ੀ ਲਿਆ, ਸਾਰੇ ਦੇਣੇ ਚਾਹੇ ਸੋਨਾ ਚਾਹੇ, ਮੈਂ ਤਾਂ ਰਾਜ਼ੀ ਹੋਣਾ ਚਾਹੀਦਾ। ਆ ਜੇ ਬਾਬਾ ਨਾਮਦੇਵ ਜੀ, ਸੇਠ ਜੀ ਬੈਠਾ ਆਪਣੇ ਤਖ਼ਤ 'ਤੇ, ਔਰ ਸੋਨੇ ਦੀ ਟਲੀਆਂ ਛੋਟੀਆਂ ਬੜੀਆਂ ਕੋਲ ਪਈਆਂ, ਔਰ ਆਲੇ ਦੁਆਲੇ ਸੇਵਾਦਾਰ ਪਹਿਰੇਦਾਰ ਫਿਰ ਰਹੇ ਨੇ, ਇਹਦੇ ਨੌਕਰ ਚੌਕਰ ਫਿਰ ਰਹੇ ਨੇ। ਬਾਬਾ ਨਾਮਦੇਵ ਜੀ ਆਏ, ਕਹਿੰਦੇ ਸੇਠ ਜੀ ਸਾਡੇ ਗੋਚਰੇ ਕਿਹੜਾ ਕੰਮ ਪੈ ਗਿਆ। ਕਹਿੰਦਾ ਮਹਾਰਾਜ ਜੀ ਤੁਹਾਨੂੰ ਇਸ ਲਈ ਬੁਲਾਇਆ ਵੀ ਮੈਂ ਸੋਨਾ ਦਾਨ ਕਰਨਾ ਆਪਣੇ ਸਰੀਰ ਦੇ ਵਜ਼ਨ 'ਚ, ਸਾਰੇ ਦਾਨ ਹੋ ਗਏ, ਥੋੜ੍ਹਾ ਜਿਹਾ ਰਹਿ ਗਿਆ, ਮੈਨੂੰ ਆਰਾਮ ਨਹੀਂ ਆਇਆ ਬਿਲਕੁਲ ਵੀ, ਇਸ ਕਰਕੇ ਮੈਂ ਚਾਹੁੰਦਾ ਵੀ ਤੁਹਾਨੂੰ ਦਾਨ ਦਿੱਤਾ ਜਾਏ, ਦੱਸੋ ਕਿਹੜੀ ਗਲੀ ਚੱਕਣੀ। ਅਤੇ ਬਾਬਾ ਨਾਮਦੇਵ ਜੀ ਮਾਫ਼ ਕਰਨਾ, ਇਹਨੂੰ ਕਹਿੰਦੇ ਨੇ ਬ੍ਰਹਮ ਗਿਆਨੀ। ਕਹਿੰਦੇ ਸੇਠ ਜੀ ਸਾਡਾ ਇਹ ਸੋਨੇ ਨਾਲ ਕੋਈ ਸਰੋਕਾਰ ਨਹੀਂ, ਸਾਨੂੰ ਨਹੀਂ ਚਾਹੀਦਾ। ਕਹਿੰਦੇ ਜੀ ਤੁਹਾਨੂੰ ਤਾਂ ਨਹੀਂ ਚਾਹੀਦਾ ਪਰ ਮੈਂ ਦੇਣਾ। ਕਹਿੰਦੇ ਚੰਗਾ ਭਾਈ ਫਿਰ ਜੇ ਦੇਣਾ ਤਾਂ ਦੇ ਦੇ। ਕਹਿੰਦੇ ਦੱਸੋ ਜੀ ਉਂਗਲੀ ਕਰੋ ਵੀ ਕਿਹੜੀ ਗਲੀ ਚੁਕਾਵਾਂ। ਕਹਿੰਦੇ ਭਾਈ ਸਾਨੂੰ ਤੋਲ ਕੇ ਦੇ, ਧਿਆਨ ਦੇਣਾ ਤੇਰਾ ਦਾਨ ਕਰਨ ਦੀ ਵਿਧੀ। ਉਹ ਕਹਿੰਦਾ ਜੀ ਤੋਲ ਦਿੰਦੇ ਹਾਂ। ਕਹਿੰਦਾ ਫਿਰ ਲਿਆਵੇ ਜਾਂ ਬੜੀ ਤਕੜੀ। ਕਹਿੰਦੇ ਭਾਈ ਤਕੜੀ ਦੀ ਕਿਆ ਲੋੜ ਹੈ, ਆਹ ਤੇਰਾ ਛੋਟਾ ਕੰਡਾ ਪਿਆ, ਇਹਦੇ 'ਤੇ ਸਭ ਜਾਣਾ ਕੰਮ। ਕਹਿੰਦਾ ਲਓ ਮਹਾਰਾਜ ਇਹ ਕਿਹੜੀ ਗੱਲ ਹੈ, ਤੁਲਸੀ ਦਾ ਪੱਤਾ ਮੰਗਾਇਆ ਉਹਦੇ 'ਤੇ, ਮੈਂ ਨਹੀਂ ਕਹਿੰਦਾ ਇਤਿਹਾਸ ਕਹਿੰਦਾ, ਉਹਦੇ 'ਤੇ ਲਿਖ ਦਿੱਤਾ ਗਿਆ ਰਾ, ਰਾਮ ਦਾ ਪਹਿਲਾ ਸ਼ਬਦ ਹੈ ਰਾ, ਕੇਵਲ ਰਾਹ ਲਿਖਿਆ ਗਿਆ। ਕਹਿੰਦਾ ਲੈ ਭਾਈ ਇਹਦੇ ਵਜ਼ਨ 'ਚ ਸਾਨੂੰ ਤੋਲ ਕੇ ਸੋਨਾ ਦੇ ਦਿਓ। ਗੁਰੂ ਸਾਰੀ ਸਾਧ ਸੰਗਤ, ਇਹ ਜਦ ਭਾਈ ਨੇ ਡਲੀ, ਉਹਨੇ ਕਿਹਾ ਛੋਟੀ ਜਿਹੀ ਡਲੀ ਨਾਲ ਸਰ ਜਾਣਾ, ਰਾ ਸ਼ਬਦ ਹੇਠ ਸੋਨੇ ਵਾਲੀ ਡਲੀ ਉੱਪਰ, ਪਾਲੜਾ ਉੱਪਰ, ਇਹਨੇ ਹੋਰ ਪਾਇਆ, ਇਹਨੇ ਹੋਰ ਪਾਇਆ, ਜਦੋਂ ਪਾਲੜਾ ਭਰ ਗਿਆ, ਕਹਿੰਦੇ ਇਸ ਰਾਣੀ ਸਾਹਿਬ ਨਾਲ ਬੜੀ ਤਕੜੀ ਲਿਆਓ, ਬੜੀ ਤਕੜੀ ਲਿਆਂਦੀ ਉਹੀ ਰਾ ਸ਼ਬਦ, ਸਾਰੀ ਤਕੜੀ ਦਾ ਪਾਲੜਾ ਭਰ ਗਿਆ। ਕਹਿੰਦਾ ਇਹਦੇ ਰਾਣੀ ਸਾਹਿਬ ਨਾਲ ਤੂੜੀ ਤੋਲਣ ਵਾਲੀ ਲਿਆਓ, ਵੱਡੀ ਲਿਆਂਦਾ ਗਿਆ, ਉਹ ਇਕੱਲੇ ਹੀ ਰਾ ਸ਼ਬਦ ਪਿਆ। ਜਦ ਸਾਰਾ ਸੋਨਾ ਚਾਂਦੀ ਮੁੱਕ ਗਈ ਨਾ, ਤੇ ਉੱਥੇ ਨਾਮਦੇਵ ਜੀ ਨੇ ਕਿਹਾ ਸੇਠ ਜੀ ਤੈਨੂੰ ਮਾਇਆ ਦਾ ਹੰਕਾਰ ਹੈ, ਜੇ ਤੇਰੇ ਕੋਲ ਸੋਨਾ ਚਾਂਦੀ ਮੁੱਕ ਗਈ ਲੋਹੇ ਹੀ ਧਰ ਦੇ। ਲੇਕਿਨ ਨਾ ਪੂਰਾ ਹੋਇਆ, ਇਹਨੇ ਚਰਨਾਂ ਦੇ ਮੱਥਾ ਟੇਕਿਆ, ਕਹਿੰਦਾ ਮਹਾਰਾਜ ਜੀ ਮੈਂ ਤਾਂ ਪਿਆਰ ਭੇਟ ਗਰੀਬ ਆਦਮੀ ਆ, ਮੇਰੇ ਕੋਲ ਧਨ ਕੁਛ ਨਹੀਂ, ਮੇਰੀ ਭੇਟਾ ਪ੍ਰਵਾਨ ਕਰੋ। ਇਹ ਕਿਵੇਂ ਕਰਾਂਗੇ? ਲਓ ਕਹਿੰਦਾ ਭਾਈ ਜੇ ਤੂੰ ਕਰਨੀ ਹੈ ਨਾ, ਰੱਬ ਦਾ ਨਾਂ ਲੈ ਕੇ ਕਹਿ ਵੀ ਮੇਰਾ ਮੁਝਮੇ ਕੁਛ ਨਹੀਂ, ਜੋ ਕੁਛ ਹੈ ਸੋ ਤੇਰਾ। ਇਹ ਕਹਿ ਕੇ ਤੂੰ ਚਾਹੇ ਥੁੱਲ ਰੱਖ ਦੇ ਉੱਪਰ, ਉਹਦੇ ਨਾਲ ਹੀ ਇੱਕ ਸਾਰ ਹੋ ਜਾਏਗਾ। ਤਾਂ ਮਾਫ਼ ਕਰਨਾ, ਇਹ ਗੱਲਾਂ ਦੋ ਸੁਣਾਉਣ ਦਾ ਮਤਲਬ ਇਹ ਹੈ ਵੀ ਜੇ ਦਾਨ ਕਰੀਏ, ਕੋਈ ਭੇਟਾ ਕਰੀਏ, ਕਿਸੇ ਨੂੰ ਆਪਣੇ ਵੱਲੋਂ ਗੁਰੂ ਮਹਾਰਾਜ ਦੀ ਬਖਸ਼ਿਸ਼ ਸਦਕਾ ਲੈ ਕੇ ਜਾਈਏ, ਤਾਂ ਮਨ 'ਚ ਹੰਕਾਰ ਨਹੀਂ ਚਾਹੀਦਾ। ਗੱਲ ਕਰ ਰਹੇ ਦਮਦਮੇ ਦੀ, ਇੱਥੇ ਇੱਕ ਸਿੱਖ ਲਾਹੌਰ ਤੋਂ ਆਇਆ, ਇਹਨੇ ਭੇਟਾ ਤਰੀਏ ਬੰਦੂਕ। ਕਹਿੰਦਾ ਸੱਚੇ ਪਾਤਸ਼ਾਹ ਤੁਹਾਡੀ ਕਿਰਪਾ ਦੇ ਨਾਲ ਮੈਂ ਤਿਆਰ ਕੀਤੀ ਹੈ, ਤੁਹਾਡੀ ਕਿਰਪਾ ਦੇ ਨਾਲ। ਕਹਿੰਦੇ ਭਾਈ ਇਹ ਤੂੰ ਫਿਰ ਇੱਥੇ ਲੈ ਕੇ ਆਏ ਹੈ? ਕਹਿੰਦਾ ਜੀ ਮੈਂ ਰੀਝ ਨਾਲ ਲਿਆਏ ਹੈ, ਮੈਨੂੰ ਪਤਾ ਲੱਗ ਗਿਆ ਸੀ ਕਿ ਤੁਸੀਂ ਚਮਕੌਰ ਤੋਂ ਪੰਜ ਮੁਕਾਂਦੇ ਮੁਕਾਂਦੇ ਦਮਦਮੇ ਪਹੁੰਚ ਗਏ। ਡਲਿਆ ਕਹਿੰਦਾ ਹਾਂਜੀ ਭਾਈ ਤੇ ਕਿੱਥੋਂ ਆਇਆ ਸਿੱਖ? ਕਹਿੰਦਾ ਜੀ ਹਾਂ ਇਹ ਤਾਂ ਤੁਹਾਡੇ ਦਰਬਾਰ ਦੀ, ਤੁਹਾਡੇ ਮਿਸ਼ਨ ਦੀ, ਤੁਹਾਡੀ ਅੰਮ੍ਰਿਤ ਵਚਨਾਂ ਦੀ ਇਹ ਤਾਂ ਖਿੱਚ ਹੈ। ਗੁਰੂ ਮਹਾਰਾਜ ਨੇ ਉਸੇ ਵੇਲੇ ਉਠਾਈ ਬੰਦੂਕ, ਪਿਆਰ ਪੇਂਟ ਸ਼ਰਧਾ ਨਾਲ ਲੈਂਦੀ ਹੋਈ ਚੀਜ਼ ਉਸੇ ਵੇਲੇ ਉਠਾਈ, ਉਠਾ ਕੇ ਮੇਰੇ ਸ਼ਹਿਨਸ਼ਾਹ ਪਾਤਸ਼ਾਹ ਨੇ ਭਰੇ ਦਰਬਾਰ ਵਿੱਚ, ਖਾਸ ਕਰ ਡਲੇ ਨੂੰ ਕਿਹਾ, ਡਲਿਆ ਨਜ਼ਰਾਇਨ ਭਰ ਕੇ ਲੈ ਲਿਆ।
ਬੰਦੂ, ਇਹ ਗੁਰੂ ਕਾ ਸਿੱਖ ਲਾਹੌਰ ਤੋਂ ਆਇਆ, ਇਹਨੇ ਬੜਾ ਬੰਦ ਮੁਕਾਇਆ। ਇਹਦੇ ਮਨ ਵਿੱਚ ਰੀਝ ਸੀ ਵੀ ਜੇ ਗੁਰੂ ਮਹਾਰਾਜ ਬੇਰ ਕਰਨ, ਮੈਨੂੰ ਕਿਤੇ ਦਿਦਾਰੇ ਹੋ ਜਾਣ, ਮੈਂ ਆਪਣੀਆਂ 17 ਭੇਟ ਕਰਾਂ। ਬਹੁਤ ਸਾਰੇ ਸੱਜਣ ਪਿਆਰ ਨਾਲ 17 ਭੇਟ ਕਰਦੇ ਨੇ, ਆਪਣੇ ਵੱਲੋਂ ਜੋ ਵੀ ਸਰਦਾ ਬਣਦਾ ਦਰਬਾਰ ਭੇਟ ਕਰਦੇ ਨੇ, ਉਹਨਾਂ ਦੀ ਮੁਰਾਦ ਫਿਰ ਗੁਰੂ ਮਹਾਰਾਜ ਪੂਰੀ ਕਰਦੇ ਨੇ। ਬੜੀ ਦੂਰੋਂ ਇਹਨੇ ਕਈ ਰਾਤਾਂ ਝਾਪੀਆਂ, ਇਹਨੇ ਕਈ ਤਸੀਹੇ ਵੇਖੇ, ਕਈ ਪਿਛੜੇ ਪੈਂਡੇ ਵੇਖੇ, ਪਰ ਪੰਥ ਮੁਕਾ ਕੇ ਇਹਨੇ ਗੁਰੂ ਕੇ ਦਰਸ਼ਨ ਆ ਕੇ ਪਾ ਲਏ। ਮੱਥਾ ਟੇਕਣ ਦੇ ਨਾਲ ਹੀ ਬੰਦੂਕ ਭੇਟਾ ਕੀਤੀ। ਮੇਰੇ ਸ਼ਹਿਨਸ਼ਾਹ ਪਾਤਸ਼ਾਹ ਦੇ ਸਾਹਮਣੇ ਸੰਗਤ ਜੁੜੀ ਬੈਠੀ ਹੈ, ਡੱਲਾ ਕੋਲ ਬੈਠਾ। ਡੱਲਿਆ, ਹਾਂਜੀ, ਦੇਖ ਲਾ ਸਿੱਖ ਦਾ ਪਿਆਰ। ਕਹਿੰਦਾ ਜੀ ਹਾਂ, ਪਿਆਰ ਜੇ ਹੋਵੇ ਤਾਂ ਫਿਰ ਪੂਰਾ ਹੀ ਹੋਣਾ ਚਾਹੀਦਾ। ਉੱਥੇ ਇੱਕ ਸ਼ਾਇਰ ਨੇ ਪਿਆਰ ਨਾਲ ਗੱਲ ਕਹੀ, ਕਹਿੰਦਾ ਜੀ ਇਸ ਦਿਲ ਮੇਂ ਲਗੀ ਪਿਆਰ ਕੀ ਕਰ ਖਾਤ ਨਾ ਹੋਤੀ, ਤੋ ਕਭੀ ਕਿਸੀ ਸੇ ਕੋਈ ਮੁਲਾਕਾਤ ਨਾ ਹੋਤੀ।